ਤੁਸੀਂ ਦੇਖਿਆ ਹੋਣਾ ਕਿ ਜੋਸ਼ੀ ਜੀ ਦਾ ਅੱਜ ਰੋਡ ਸ਼ੋਅ ਸੀ, ਸਾਰਾ ਅੰਮ੍ਰਿਤਸਰ ਸ਼ਹਿਰ ਬਾਹਰ ਸੀ। ਮੈਂ 100% ਸ਼ੋਰਟੀ ਨਾਲ ਕਹਿ ਸਕਦਾ ਪਰਮਾਤਮਾ ਮਿਹਰ ਕਰਨਗੇ ਜੋਸ਼ੀ ਅੰਮ੍ਰਿਤਸਰ ਦਾ MP ਬਣੂਗਾ, ਤੇ ਪਰਮਾਤਮਾ ਮਿਹਰ ਕਰਨਗੇ ਖੇਤਰੀ ਪਾਰਟੀ ਤੇ, ਸ਼੍ਰੋਮਣੀ ਅਕਾਲੀ ਦਲ ਦੇ, ਕਿਉਂਕਿ ਕੱਲੀ ਆਈ ਪਾਰਟੀ ਹੈ ਜਿਹੜੀ ਪੰਜਾਬ ਦੀ ਨਬਜ਼ ਪਛਾਣਦੀ ਹੈ ਤੇ ਪੰਜਾਬੀਆਂ ਦੀ ਲੜਾਈ ਲੜਦੀ ਹੈ, ਖਾਲਸਾ ਪੰਥ ਦੀ ਲੜਾਈ ਲੜਦੀ ਹੈ। ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ, ਆਪਣੀ ਪਾਰਟੀ ਨੂੰ ਤਗੜਾ ਕਰ ਦਿਓ, ਤੁਹਾਨੂੰ ਉਹਦੇ ਬਾਅਦ ਕੋਈ ਚਿੰਤਾ ਕਰਨੀ। ਹੁਣ ਕਹਿੰਦੇ 1100, ਸਾਲ ਬਾਅਦ ਕਹਿਣਗੇ 1200, ਫਿਰ ਇਲੈਕਸ਼ਨ ਜਦੋਂ ਆਊਗਾ ਅਗਲਾ ਫਿਰ ਕਹੂਗੇ 2100। ਦੇਣਾ ਤਾਂ ਹੈ ਨੀ। ਤੁਸੀਂ ਦੇਖਿਆ ਹੋਣਾ ਕਿ ਜੋਸ਼ੀ ਜੀ ਦਾ ਅੱਜ ਰੋਡ ਸ਼ੋਅ ਸੀ, ਸਾਰਾ ਅੰਮ੍ਰਿਤਸਰ ਸ਼ਹਿਰ ਬਾਹਰ ਸੀ। ਮੈਂ 100% ਸ਼ੋਰਟੀ ਨਾਲ ਕਹਿ ਸਕਦਾ ਪਰਮਾਤਮਾ ਮਿਹਰ ਕਰਨਗੇ ਜੋਸ਼ੀ ਅੰਮ੍ਰਿਤਸਰ ਦਾ MP ਬਣੂਗਾ, ਤੇ ਪਰਮਾਤਮਾ ਮਿਹਰ ਕਰਨਗੇ ਖੇਤਰੀ ਪਾਰਟੀ ਤੇ, ਸ਼੍ਰੋਮਣੀ ਅਕਾਲੀ ਦਲ ਦੇ, ਕਿਉਂਕਿ ਕੱਲੀ ਆਈ ਪਾਰਟੀ ਹੈ ਜਿਹੜੀ ਪੰਜਾਬ ਦੀ ਨਬਜ਼ ਪਛਾਣਦੀ ਹੈ ਤੇ ਪੰਜਾਬੀਆਂ ਦੀ ਲੜਾਈ ਲੜਦੀ ਹੈ, ਖਾਲਸਾ ਪੰਥ ਦੀ ਲੜਾਈ ਲੜਦੀ ਹੈ। ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ, ਆਪਣੀ ਪਾਰਟੀ ਨੂੰ ਤਗੜਾ ਕਰ ਦਿਓ, ਤੁਹਾਨੂੰ ਉਹਦੇ ਬਾਅਦ ਕੋਈ ਚਿੰਤਾ ਕਰਨੀ। ਹੁਣ ਕਹਿੰਦੇ 1100, ਸਾਲ ਬਾਅਦ ਕਹਿਣਗੇ 1200, ਫਿਰ ਇਲੈਕਸ਼ਨ ਜਦੋਂ ਆਊਗਾ ਅਗਲਾ ਫਿਰ ਕਹੂਗੇ 2100। ਦੇਣਾ ਤਾਂ ਹੈ ਨੀ।